इंसान दे मरण दे लई एक छोटी जी वजह ही काफी हुंदी है, पर दुनिया दे विच कई अजिहे ढीठ इंसान भी जन्म लेंदे हन जिन्हां दे सामने मौत भी हार जांदी है। ते अमरीका दे विच रहण वाला माइक मलाई भी अजिहे इंसानां दे विचों एक सी, क्योंकि उसदे दोस्तां ने उसनूं एक बार नहीं बल्कि 5 बार मारन दी कोशिश कीती सी, पर हर बार एक अजिहा चमत्कार हो जांदा कि माइक बच जांदा। पर अजिही की वजह सी जिस दे कारण उसदे दोस्त ही उसदी जान दे दुश्मन बन गए सन, ते की उह माइक नूं मारन दे विच कामयाब हो गए, ते अजिही माइक दे मौत नूं हराउण वाले कारनामे जानने लई जुड़े रहो। मेरा नाम है तुहाडा होस्ट जसप्रीत सिंह, तुसीं देख रहे हो जो टीवी। जेकर तुसीं साडे YouTube चैनल ते पहली बार आए तो इस नूं सबसक्राइब करन दे नाल नाल बैल आइकॉन जरूर दबा देना, तां जो हर तुहानूं साडी नवीं वीडियो बारे नोटिफिकेशन मिल सके, क्योंकि मैं इदां नॉलेज वाली वीडियो ही अपलोड करदा रहिंदा हां। अज दी इस वीडियो दे विच मैं तुहानूं माइक मलाई ते उसदे दोस्तां दी सच्ची कहानी बारे दसूंगा। इह गल है जी 1933 दी, जदों अमेरिका दे विच बेरोजगारी अपने सिखरां दे उपर सी, ते पैसा कमाउण दे लई लोकां ने पुठे सिद्धे काम करने शुरू कर दित्ते सन। इक शाम नूं न्यूयॉर्क शहर दे मशहूर बार स्पीजी च बैठे टोनी मरीनो, जोसफ मर्फी, फ्रांसिसी पास्का, हर्सी ਗ੍ਰੀਨ ਅਤੇ ਡੈਨੀਅਲ ਕ੍ਰਾਈਸ ਤੇਜ਼ੀ ਦੇ ਨਾਲ ਪੈਸਾ ਕਮਾਉਣ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ। ਇੱਥੇ ਇਹ ਵੀ ਗੱਲ ਹੈਰਾਨ ਕਰਨ ਵਾਲੀ ਹੈ ਕਿ ਇਹ 5 ਲੋਕ ਅੱਜ ਤੋਂ ਪਹਿਲਾਂ ਕਦੇ ਵੀ ਇੱਕ ਦੂਜੇ ਨੂੰ ਮਿਲੇ ਨਹੀਂ ਸਨ, ਪਰ ਇੱਕ ਚੀਜ਼ ਇਹਨਾਂ ਸਾਰਿਆਂ ਦੇ ਵਿੱਚ ਕਾਮਨ ਸੀ, ਉਹ ਸੀ ਜਲਦੀ ਤੋਂ ਜਲਦੀ ਅਮੀਰ ਹੋਣਾ। ਹਾਲਾਂਕਿ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਜੁਰਮ ਯਾਨੀ ਕਿ ਅਪਰਾਧ ਦਾ ਕੋਈ ਤਜਰਬਾ ਨਹੀਂ ਸੀ, ਪਰ ਫਿਰ ਵੀ ਇਹ ਲੋਕ ਪੈਸਾ ਕਮਾਉਣ ਦੇ ਲਈ ਕੋਈ ਵੀ ਜੁਰਮ ਕਰਨ ਨੂੰ ਤਿਆਰ ਸਨ। ਇਹਨਾਂ ਦਾ ਪਲਾਨ ਥੋੜੇ ਸਮੇਂ ਦੇ ਵਿੱਚ ਵੱਡਾ ਹੱਥ ਮਾਰਨਾ ਸੀ, ਤੇ ਕਾਫੀ ਟਾਈਮ ਸੋਚ ਵਿਚਾਰ ਕਰਨ ਤੋਂ ਬਾਅਦ ਇਹਨਾਂ ਨੂੰ ਇੱਕ ਪਲਾਨ ਪਸੰਦ ਆ ਗਿਆ। ਇਹਨਾਂ ਨੇ ਪਲਾਨ ਬਣਾਇਆ ਕਿ ਇਹ ਜੀਵਨ ਬੀਮਾ ਕਰਨ ਵਾਲੀਆਂ ਕੰਪਨੀਆਂ ਨੂੰ ਬੇਵਕੂਫ ਬਣਾ ਕੇ ਉਹਨਾਂ ਤੋਂ ਪੈਸਾ ਹੜੱਪਣਗੇ। ਅਸਲ ਦੇ ਵਿੱਚ ਇਹਨਾਂ ਲੋਕਾਂ ਦਾ ਪਲਾਨ ਸੀ ਕਿ ਇਹ ਇੱਕ ਅਜਿਹੇ ਇਨਸਾਨ ਨੂੰ ਲੱਭਣਗੇ ਜਿਹੜਾ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਹੋਵੇਗਾ, ਤੇ ਫਿਰ ਇਹ ਲੋਕ ਉਸ ਇਨਸਾਨ ਦੀ ਨਕਲੀ ਆਈਡੀ ਬਣਾ ਕੇ ਉਸ ਦਾ ਜੀਵਨ ਬੀਮਾ ਕਰਵਾ ਦੇਣਗੇ, ਤੇ ਫਿਰ ਇਹ ਉਸ ਇਨਸਾਨ ਦਾ ਕਤਲ ਕਰਕੇ ਉਸ ਬੀਮਾ ਕੰਪਨੀ ਤੋਂ ਮਿਲਣ ਵਾਲੇ ਪੈਸਿਆਂ ਨੂੰ ਹੜੱਪ ਲੈਣਗੇ। ਇਹਨਾਂ ਦੇ ਹਿਸਾਬ ਦੇ ਨਾਲ ਇਹ ਇੱਕ ਪਰਫੈਕਟ ਕ੍ਰਾਈਮ ਸੀ, ਤੇ ਇਹਨਾਂ ਨੂੰ ਪੂਰਾ ਯਕੀਨ ਸੀ ਕਿ ਇਹ ਕਦੇ ਵੀ ਫੜੇ ਨਹੀਂ ਜਾਣਗੇ, ਤੇ ਹੁਣ ਇਹਨਾਂ ਪੰਜਾਂ ਨੂੰ ਭਾਲ ਸੀ ਆਪਣੇ ਪਹਿਲੇ ਇੱਕ ਸ਼ਿਕਾਰ ਦੀ, ਜਿਹੜਾ ਕਿ ਇਹਨਾਂ ਨੂੰ ਜਲਦੀ ਹੀ ਲੱਭ ਗਿਆ। ਉਹ ਇਨਸਾਨ ਸੀ ਮਾਈਕ ਮਲਾਈ। ਮਾਈਕ ਮਲਾਈ ਇੱਕ ਅਜਿਹਾ ਇਨਸਾਨ ਸੀ ਜਿਸ ਦੀ ਨੌਕਰੀ ਚਲੀ ਗਈ ਸੀ, ਤੇ ਹੁਣ ਉਹ ਸਾਰਾ ਦਿਨ ਬਾਰ ਦੇ ਵਿੱਚ ਬਹਿ ਕੇ ਸ਼ਰਾਬ ਪੀਂਦਾ ਰਹਿੰਦਾ ਸੀ। ਉਹਨਾਂ ਦੇ ਹਿਸਾਬ ਦੇ ਨਾਲ ਮਾਈਕ ਮਲਾਈ ਇੱਕ ਸੌਖਾ ਟਾਰਗੇਟ ਸੀ ਜਿਸ ਨੂੰ ਮਾਰਨਾ ਬਹੁਤ ਸੌਖਾ ਕੰਮ ਸੀ। ਹਾਲਾਂਕਿ ਉਹਨਾਂ ਨੂੰ ਇਹ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਜਿਸ ਇਨਸਾਨ ਨੂੰ ਉਹਨਾਂ ਨੇ ਮਾਰਨ ਦੇ ਲਈ ਚੁਣਿਆ ਹੈ ਉਹ ਕੋਈ ਆਮ ਇਨਸਾਨ ਨਹੀਂ ਹੈ। ਇਸ ਗੱਲ ਤੋਂ ਅਣਜਾਣ ਇਹਨਾਂ ਲੋਕਾਂ ਨੇ ਆਪਣੇ ਪਲਾਨ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਇੱਕ ਨਿਕੋਲਸ ਮਲੇਰੀ ਨਾਮ ਦੀ ਨਕਲੀ ਆਈਡੀ ਬਣਾਈ, ਤੇ ਜਿਸ ਦੇ ਉੱਪਰ ਇਹਨਾਂ ਨੇ ਮਾਈਕ ਮਲਾਈ ਦੀ ਫੋਟੋ ਲਗਾ ਦਿੱਤੀ। ਇਸ ਨਕਲੀ ਆਈਡੀ ਤੋਂ ਇਹਨਾਂ ਨੇ 2 ਅਲੱਗ-ਅਲੱਗ ਕੰਪਨੀਆਂ, ਮੈਟਰੋਪੋਲੀਟਨ ਲਾਈਫ ਤੇ ਪ੍ਰੋਡੈਂਟਲ ਕੰਪਨੀ ਤੋਂ 2 ਜੀਵਨ ਬੀਮਾ ਦੀਆਂ ਪਾਲਿਸੀਆਂ ਲੈ ਲਈਆਂ। ਜੋਸਫ ਮਰਫੀ ਦਾ ਤੁਹਾਨੂੰ ਯਾਦ ਹੀ ਹੋਵੇਗਾ, ਇਹ 5 ਅਪਰਾਧੀਆਂ ਦੇ ਵਿੱਚੋਂ ਇੱਕ ਸੀ। ਉਸਨੇ ਆਪਣੀ ਆਈਡੀ ਦੇ ਵਿੱਚ ਜੋਸਫ ਮਰਫੀ ਤੋਂ ਆਪਣਾ ਨਾਮ ਬਦਲ ਕੇ ਜੋਸਫ ਮਲਾਈ ਕਰ ਦਿੱਤਾ, ਤਾਂ ਕਿ ਉਹ ਬੀਮਾ ਕੰਪਨੀਆਂ ਤੋਂ ਪੈਸੇ ਲੈਣ ਲਈ ਇਹ ਦਿਖਾ ਸਕੇ ਕਿ ਉਹ ਮਾਈਕ ਮਲਾਈ ਦਾ ਭਾਈ ਹੈ। ਉਸ ਟਾਈਮ ਕੰਪਿਊਟਰ ਦਾ ਕੋਈ ਵਜੂਦ ਨਹੀਂ ਹੁੰਦਾ ਸੀ, ਇਸ ਲਈ ਅਜਿਹੀ ਧੋਖਾਧੜੀ ਕਰਨੀ ਕਾਫੀ ਸੌਖੀ ਹੁੰਦੀ ਸੀ। ਇਹ ਕੰਮ ਕਰਨ ਦੇ ਵਿੱਚ ਜਿਵੇਂ ਕਿ ਜਾਲੀ ਆਈਡੀ ਪ੍ਰੂਫ ਬਣਾਉਣ ਦੇ ਵਿੱਚ ਇਹਨਾਂ ਦਾ ਕਾਫੀ ਪੈਸਾ ਖਰਚ ਹੋ ਗਿਆ, ਪਰ ਜਿਹੜਾ ਪੈਸਾ ਇਹਨਾਂ ਨੂੰ ਬੀਮਾ ਕੰਪਨੀਆਂ ਤੋਂ ਮਿਲਣ ਵਾਲਾ ਸੀ ਉਹ ਇਸ ਤੋਂ ਕਿਤੇ ਜ਼ਿਆਦਾ ਸੀ, ਕਿਉਂਕਿ ਉਸ ਦੌਰ ਦੇ ਵਿੱਚ ਜ਼ਿਆਦਾ ਸ਼ਰਾਬ ਪੀਣ ਨਾਲ ਅਕਸਰ ਹੀ ਲੋਕਾਂ ਦੀ ਮੌਤ ਹੁੰਦੀ ਰਹਿੰਦੀ ਸੀ। ਇਸ ਦੇ ਲਈ ਮਾਈਕ ਮਲਾਈ ਇਹਨਾਂ ਦੇ ਲਈ ਇੱਕ ਬਹੁਤ ਹੀ ਵਧੀਆ ਟਾਰਗੇਟ ਸੀ। ਆਖਰਕਾਰ ਸਾਰੀ ਪਲੈਨਿੰਗ ਕਰਨ ਤੋਂ ਬਾਅਦ ਉਹ ਰਾਤ ਆ ਹੀ ਗਈ ਜਦੋਂ ਇਹਨਾਂ ਨੇ ਮਾਈਕ ਨੂੰ ਪਹਿਲੀ ਵਾਰ ਮਾਰਨ ਦੀ ਕੋਸ਼ਿਸ਼ ਕੀਤੀ। ਹਰ ਰੋਜ਼ ਦੀ ਤਰ੍ਹਾਂ ਮਾਈਕ ਸ਼ਰਾਬ ਪੀਣ ਦੇ ਲਈ ਬਾਰ ਦੇ ਵਿੱਚ ਆਇਆ, ਤੇ ਇਹ 5 ਜਣੇ ਮਾਈਕ ਨੂੰ ਐਵੇਂ ਮਿਲੇ ਕਿ ਜਿਵੇਂ ਇਹ ਸਾਲਾਂ ਤੋਂ ਵਿਛੜੇ ਹੋਏ ਦੋਸਤ ਹੋਣ। ਇਹਨਾਂ ਨੇ ਆਪਣੀ ਨਵੀਂ ਦੋਸਤੀ ਦੇ ਨਾਂ ਤੇ ਮਾਈਕ ਨੂੰ ਪੂਰੀ ਰਾਤ ਆਪਣੇ ਪੈਸਿਆਂ ਦੇ ਨਾਲ ਸ਼ਰਾਬ ਪਿਲਾਈ, ਤੇ ਮਾਈਕ ਜੇ ਸ਼ਰਾਬੀ ਬੰਦੇ ਲਈ ਇਸ ਤੋਂ ਚੰਗੀ ਹੋਰ ਗੱਲ ਕੀ ਹੋ ਸਕਦੀ ਸੀ ਕਿ ਉਸ ਨੂੰ ਫ੍ਰੀ ਦੇ ਵਿੱਚ ਸ਼ਰਾਬ ਪੀਣ ਨੂੰ ਮਿਲ ਰਹੀ ਸੀ। ਉਹਨਾਂ ਦਾ ਪਲਾਨ ਸੀ ਕਿ ਮਾਈਕ ਨੂੰ ਇੰਨੀ ਜ਼ਿਆਦਾ ਸ਼ਰਾਬ ਪਿਲਾ ਦਿੱਤੀ ਜਾਵੇ ਕਿ ਉਸ ਦੀ ਵੱਧ ਸ਼ਰਾਬ ਪੀਣ ਦੇ ਨਾਲ ਮੌਤ ਹੋ ਜਾਵੇ। ਇਹ ਸਾਰੇ ਮਿਲ ਕੇ ਸਾਰੀ ਰਾਤ ਮਾਈਕ ਨੂੰ ਲਗਾਤਾਰ ਸ਼ਰਾਬ ਪਿਲਾਉਂਦੇ ਰਹੇ, ਪਰ ਮਾਈਕ ਇਹਨਾਂ ਦੀ ਸੋਚ ਤੋਂ ਕਿਤੇ ਜ਼ਿਆਦਾ ਵੱਡਾ ਸ਼ਰਾਬੀ ਨਿਕਲਿਆ, ਤੇ ਮਾਈਕ ਦੇ ਉੱਤੇ ਲਗਾਤਾਰ ਕਈ ਘੰਟੇ ਸ਼ਰਾਬ ਪੀਣ ਦੇ ਨਾਲ ਵੀ ਕੋਈ ਖਾਸ ਅਸਰ ਨਹੀਂ ਪਿਆ। ਹੁਣ ਇਹਨਾਂ ਪੰਜਾਂ ਨੂੰ ਅਹਿਸਾਸ ਹੋ ਗਿਆ ਕਿ ਮਾਈਕ ਨੂੰ ਮਾਰਨ ਦੇ ਲਈ ਕੱਲੀ ਸ਼ਰਾਬ ਕਾਫੀ ਨਹੀਂ ਹੈ, ਤੇ ਉਹਨਾਂ ਨੇ ਮਾਈਕ ਨੂੰ ਜ਼ਹਿਰ ਦੇਣ ਦਾ ਪਲਾਨ ਬਣਾਇਆ, ਤੇ ਉਹਨਾਂ ਨੂੰ ਜਲਦੀ ਹੀ ਕਿਸੇ ਨਾ ਕਿਸੇ ਜ਼ਹਿਰ ਦਾ ਇੰਤਜ਼ਾਮ ਕਰਨਾ ਪੈਣਾ ਸੀ। ਤੇ ਉਹਨਾਂ ਦੀ ਚੰਗੀ ਕਿਸਮਤ ਸਮਝ ਲਓ ਕਿ ਉਹਨਾਂ ਨੂੰ ਉਸ ਬਾਰ ਦੇ ਬਾਰ ਟੈਂਡਰ ਕੋਲੋਂ ਹੀ ਇੱਕ ਮੈਥੋਨੋਲ ਦੀ ਬੋਤਲ ਮਿਲ ਗਈ। ਮੈਥੋਨੋਲ ਇੱਕ ਜ਼ਹਿਰੀਲਾ, ਰੰਗਹੀਣ ਅਤੇ ਜਲਨਸ਼ੀਲ ਅਲਕੋਹਲ ਹੁੰਦਾ ਹੈ, ਜਿਹੜਾ ਕਿ ਇਨਸਾਨਾਂ ਦੇ ਲਈ ਇੱਕ ਖਤਰਨਾਕ ਜ਼ਹਿਰ ਮੰਨਿਆ ਜਾਂਦਾ ਹੈ। ਪਰ ਮਾਈਕ ਆਮ ਇਨਸਾਨਾਂ ਨਾਲੋਂ ਕਿਤੇ ਅਲੱਗ ਸੀ, ਤੇ ਉਹ ਇਸ ਜ਼ਹਿਰ ਨੂੰ ਵੀ ਇਸ ਤਰ੍ਹਾਂ ਪੀ ਗਿਆ ਜਿਵੇਂ ਕਿ ਇਹ ਸ਼ਰਬਤ ਹੋਵੇ। ਤੇ ਹੁਣ ਇਹਨਾਂ 5 ਜਣਿਆਂ ਦੀ ਟੈਨਸ਼ਨ ਹੋਰ ਵਧਣ ਲੱਗੀ, ਤੇ ਹੁਣ ਇਹਨਾਂ 5 ਨੇ ਆਪਸ ਵਿੱਚ ਮਿਲ ਕੇ
ਇਹ ਤੈਅ ਕੀਤਾ ਕਿ ਇਹ ਹੁਣ ਮਾਈਕ ਨੂੰ ਡੀ ਨੇਚਰਡ ਐਲਕੋਹਲ ਪਿਲਾਉਣਗੇ। ਡੀ ਨੇਚਰਡ ਐਲਕੋਹਲ ਇੱਕ ਅਜਿਹੀ ਸ਼ਰਾਬ ਹੁੰਦੀ ਹੈ ਜਿਸ ਦੇ ਵਿੱਚ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸਨੂੰ ਬਹੁਤ ਜ਼ਿਆਦਾ ਜ਼ਹਿਰੀਲਾ ਬਣਾ ਦਿੱਤਾ ਜਾਂਦਾ ਹੈ। ਇਸ ਨੂੰ ਪੀਣ ਤੋਂ ਬਾਅਦ ਕਿਸੇ ਵੀ ਇਨਸਾਨ ਦਾ ਜਿਉਂਦਾ ਬਚਣਾ ਲਗਭਗ ਮੁਸ਼ਕਲ ਹੁੰਦਾ ਹੈ, ਪਰ ਮਾਈਕ ਇਸ ਜ਼ਹਿਰ ਨੂੰ ਵੀ ਇਸ ਤਰ੍ਹਾਂ ਪੀ ਗਿਆ ਜਿਵੇਂ ਕਿ ਇਹ ਵਿਸਕੀ ਹੋਵੇ। ਉਸ ਦਿਨ ਬਾਰ ਦੇ ਬੰਦ ਹੋਣ ਦਾ ਟਾਈਮ ਹੋ ਗਿਆ ਤੇ ਮਾਈਕ ਆਪਣੇ ਨਵੇਂ ਦੋਸਤਾਂ ਦਾ ਸ਼ੁਕਰੀਆ ਕਰਦਾ ਹੋਇਆ ਆਪਣੇ ਘਰ ਨੂੰ ਚਲਿਆ ਗਿਆ ਤੇ ਇਹਨਾਂ ਪੰਜਾਂ ਦੋਸਤਾਂ ਨੇ ਸੋਚਿਆ ਕਿ ਸ਼ਾਇਦ ਇਹ ਜ਼ਹਿਰ ਮਾਈਕ ਦੇ ਘਰ ਜਾਣ ਤੋਂ ਬਾਅਦ ਉਸ ਦੇ ਉੱਪਰ ਅਸਰ ਕਰਨਾ ਸ਼ੁਰੂ ਕਰ ਦੇਵੇਗਾ ਤੇ ਮਾਈਕ ਰਾਤ ਨੂੰ ਆਪਣੇ ਘਰ ਦੇ ਵਿੱਚ ਹੀ ਮਰ ਜਾਵੇਗਾ। ਤੇ ਅਗਲੇ ਦਿਨ ਹੀ ਮਾਈਕ ਫਿਰ ਤੋਂ ਉਸ ਬਾਰ ਦੇ ਵਿੱਚ ਸ਼ਰਾਬ ਪੀਣ ਦੇ ਲਈ ਪਹੁੰਚ ਗਿਆ ਤੇ ਪੰਜੇ ਜਾਣੇ ਉਸ ਨੂੰ ਫਿਰ ਤੋਂ ਜਿਉਂਦਾ ਦੇਖ ਕੇ ਕਾਫੀ ਹੈਰਾਨ ਹੋ ਗਏ ਕਿ ਇਹ ਬਚ ਕਿਵੇਂ ਗਿਆ ਤੇ ਇਹਨਾਂ ਪੰਜਾਂ ਜਾਣਿਆਂ ਨੇ ਆਪਣੀ ਅੱਗੇ ਦੀ ਯੋਜਨਾ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਵਾਰ ਇਹਨਾਂ ਨੇ ਮਾਈਕ ਨੂੰ ਸ਼ਰਾਬ ਦੀ ਜਗ੍ਹਾ ਖਾਣੇ ਦੇ ਵਿੱਚ ਜ਼ਹਿਰ ਦੇਣ ਦਾ ਪਲਾਨ ਬਣਾਇਆ ਤੇ ਇਹਨਾਂ ਲੋਕਾਂ ਨੇ ਇੱਕ ਸੜੀ ਹੋਈ ਸਾਰਡਿਨ ਮੱਛੀ ਤੋਂ ਇੱਕ ਅਜਿਹਾ ਸੈਂਡਵਿਚ ਤਿਆਰ ਕਰਕੇ ਮਾਈਕ ਨੂੰ ਦਿੱਤਾ। ਇਹਨਾਂ ਨੇ ਉਸ ਸੈਂਡਵਿਚ ਦੇ ਵਿੱਚ ਜੋ ਗਲੀ ਸੜੀ ਮੱਛੀ ਨੂੰ ਪਾਇਆ ਸੀ ਉਹ ਇੰਨੀ ਜ਼ਿਆਦਾ ਖਰਾਬ ਹਾਲਤ ਦੇ ਵਿੱਚ ਸੀ ਕਿ ਉਸ ਸੈਂਡਵਿਚ ਦੇ ਵਿੱਚ ਜੋ ਬਦਬੂ ਆ ਰਹੀ ਸੀ ਉਸ ਨੂੰ ਬਰਦਾਸ਼ਤ ਕਰਨਾ ਵੀ ਕਾਫੀ ਔਖਾ ਸੀ। ਇਹਨਾਂ ਨੂੰ ਉਮੀਦ ਸੀ ਕਿ ਇਹ ਸੜੀ ਹੋਈ ਮੱਛੀ ਮਾਈਕ ਦੇ ਢਿੱਡ ਵਿੱਚ ਜਾ ਕੇ ਜ਼ਹਿਰ ਦਾ ਕੰਮ ਕਰੇਗੀ, ਪਰ ਹੈਰਾਨੀ ਦੀ ਗੱਲ ਤਾਂ ਇਹ ਹੋਈ ਕਿ ਮਾਈਕ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਸੈਂਡਵਿਚ ਵੀ ਖਾ ਗਿਆ ਤੇ ਉਸਨੇ ਇਹਨਾਂ ਤੋਂ ਇਸ ਤਰ੍ਹਾਂ ਦਾ ਇੱਕ ਹੋਰ ਸੈਂਡਵਿਚ ਵੀ ਖਾਣ ਨੂੰ ਮੰਗਿਆ ਤੇ ਅਗਲੇ ਸੈਂਡਵਿਚ ਦੇ ਵਿੱਚ ਇਹਨਾਂ ਪੰਜਾਂ ਨੇ ਉਹ ਸਭ ਕੁਝ ਪਾਇਆ ਜਿਸ ਦੇ ਨਾਲ ਇੱਕ ਆਮ ਇਨਸਾਨ ਮਰ ਜਾਵੇ। ਉਸ ਸੈਂਡਵਿਚ ਦੇ ਵਿੱਚ ਇਹਨਾਂ ਨੇ ਸ਼ੀਸ਼ੇ ਦੇ ਛੋਟੇ ਟੁਕੜੇ ਤੇ ਛੋਟੀਆਂ ਛੋਟੀਆਂ ਲੋਹੇ ਦੀਆਂ ਕਿੱਲਾਂ ਦੇ ਟੁਕੜੇ ਵੀ ਪਾ ਦਿੱਤੇ ਤੇ ਉਹਨਾਂ ਨੇ ਇਹ ਸੈਂਡਵਿਚ ਸ਼ਰਾਬੀ ਹੋਏ ਮਾਈਕ ਨੂੰ ਖਾਣ ਨੂੰ ਦੇ ਦਿੱਤਾ ਤੇ ਸ਼ਰਾਬੀ ਹੋਇਆ ਮਾਈਕ ਇਹ ਸੈਂਡਵਿਚ ਨੂੰ ਵੀ ਹਜ਼ਮ ਕਰ ਗਿਆ ਤੇ ਹੁਣ ਇਹਨਾਂ ਲੋਕਾਂ ਨੂੰ ਸਮਝ ਆ ਗਈ ਸੀ ਕਿ ਮਾਈਕ ਨੂੰ ਜ਼ਹਿਰ ਦੇ ਕੇ ਮਾਰਨਾ ਵੀ ਮੁਸ਼ਕਲ ਹੈ। ਇਸ ਦੇ ਲਈ ਇਹਨਾਂ ਨੇ ਮਾਈਕ ਨੂੰ ਖਤਮ ਕਰਨ ਦੇ ਲਈ ਕੁਝ ਅਲੱਗ ਕਰਨ ਬਾਰੇ ਸੋਚਿਆ। ਅਗਲੇ ਦਿਨ ਇਹਨਾਂ ਨੇ ਮਾਈਕ ਨੂੰ ਹੱਦ ਤੋਂ ਜ਼ਿਆਦਾ ਸ਼ਰਾਬ ਪਿਲਾਈ ਅਤੇ ਬਾਹਰ ਘੁਮਾਉਣ ਦੇ ਲਈ ਲੈ ਗਏ ਤੇ ਉਸ ਟਾਈਮ ਬਾਹਰ ਬਰਫ਼ ਪੈ ਰਹੀ ਸੀ ਤੇ ਮੌਸਮ ਕਾਫੀ ਜ਼ਿਆਦਾ ਠੰਡਾ ਸੀ ਤੇ ਉਦੋਂ ਇਹ ਲੋਕਾਂ ਨੇ ਮਾਈਕ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਬੈਂਚ ਦੇ ਉੱਪਰ ਲੰਬਾ ਪਾ ਦਿੱਤਾ ਤੇ ਉਸ ਦੇ ਸਰੀਰ ਦੇ ਉੱਪਰੋਂ ਉਸ ਦੇ ਸਾਰੇ ਕੱਪੜੇ ਉਤਾਰ ਦਿੱਤੇ। ਇਹਨਾਂ ਨੇ ਸੋਚਿਆ ਕਿ ਠੰਡ ਦੇ ਕਾਰਨ ਮਾਈਕ ਸਵੇਰ ਤੱਕ ਆਪਣੇ ਆਪ ਮਰ ਜਾਵੇਗਾ, ਪਰ ਇਹਨਾਂ ਲੋਕਾਂ ਦਾ ਇਹ ਪਲਾਨ ਵੀ ਫੇਲ ਹੋ ਗਿਆ ਤੇ ਅਗਲੇ ਦਿਨ ਮਾਈਕ ਬਿਲਕੁਲ ਠੀਕ ਠਾਕ ਹਾਲਤ ਦੇ ਵਿੱਚ ਸਪੀਜੀ ਬਾਰ ਦੇ ਵਿੱਚ ਪਹੁੰਚ ਗਿਆ ਤੇ ਉਸਨੇ ਇਹਨਾਂ ਪੰਜਾਂ ਨੂੰ ਦੱਸਿਆ ਕਿ ਉਹ ਪਿਛਲੀ ਰਾਤ ਕਿਵੇਂ ਠੰਡ ਦੇ ਕਾਰਨ ਮਰਦਾ ਮਰਦਾ ਬਚਿਆ। ਹੁਣ ਤੱਕ ਇਹਨਾਂ ਪੰਜਾਂ ਦਾ ਮਾਈਕ ਨੂੰ ਕੁਦਰਤੀ ਮੌਤ ਮਾਰਨ ਦਾ ਹਰ ਇੱਕ ਪਲਾਨ ਫੇਲ ਹੋ ਚੁੱਕਿਆ ਸੀ, ਇਸ ਲਈ ਇਹਨਾਂ ਨੇ ਇਸ ਵਾਰ ਇੱਕ ਕਦਮ ਹੋਰ ਅੱਗੇ ਵਧਣ ਦਾ ਫੈਸਲਾ ਕੀਤਾ। ਇਹਨਾਂ ਪੰਜਾਂ ਦੇ ਵਿੱਚੋਂ ਇੱਕ ਹਰਸੀ ਗ੍ਰੀਨ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ। ਉਸਨੇ ਆਪਣੀ ਕਾਰ ਦੇ ਨਾਲ ਮਾਈਕ ਨੂੰ ਟੱਕਰ ਮਾਰ ਕੇ ਮਾਰਨ ਦੀ ਯੋਜਨਾ ਬਣਾਈ ਤੇ ਕੁਝ ਹੀ ਦਿਨਾਂ ਦੇ ਬਾਅਦ ਮਾਈਕ ਦਾ ਇੱਕ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ। ਇਹ ਐਕਸੀਡੈਂਟ ਇੰਨਾ ਜ਼ਿਆਦਾ ਖਤਰਨਾਕ ਸੀ ਕਿ ਸਾਰਿਆਂ ਨੂੰ ਲੱਗਿਆ ਕਿ ਮਾਈਕ ਹੁਣ ਨਹੀਂ ਬਚੇਗਾ, ਪਰ ਕੁਝ ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਮਾਈਕ ਨੂੰ ਹੋਸ਼ ਆ ਗਿਆ ਤੇ ਉਹ ਬਚ ਗਿਆ ਤੇ 2 ਹਫ਼ਤਿਆਂ ਦੇ ਬਾਅਦ ਉਹ ਹਸਪਤਾਲ ਦੇ ਵਿੱਚੋਂ ਡਿਸਚਾਰਜ ਹੋ ਕੇ ਸਪੀਜੀ ਬਾਰ ਦੇ ਵਿੱਚ ਫਿਰ ਤੋਂ ਪਹੁੰਚਿਆ ਤਾਂ ਉਸ ਨੂੰ ਇਸ ਤਰ੍ਹਾਂ ਦੇਖ ਕੇ ਇਹ ਪੰਜਾਂ ਲੋਕਾਂ ਨੂੰ ਆਪਣੀਆਂ ਅੱਖਾਂ ਦੇ ਉੱਪਰ ਯਕੀਨ ਨਹੀਂ ਹੋ ਰਿਹਾ ਸੀ। ਇਹ ਪੰਜੇ ਜਾਣੇ ਸੋਚਣ ਲੱਗੇ ਕਿ ਸੱਚਮੁੱਚ ਹੀ ਇਸ ਬੰਦੇ ਨੂੰ ਮਾਰਨਾ ਇੰਨਾ ਜ਼ਿਆਦਾ ਔਖਾ ਕੰਮ ਹੈ ਤੇ ਹੁਣ ਇਹ ਪੰਜੇ ਜਾਣੇ ਆਪਣੇ ਸਾਰੇ ਪਲਾਨ ਫੇਲ ਹੋ ਜਾਣ ਕਰਕੇ ਕਾਫੀ ਪਰੇਸ਼ਾਨ ਹੋ ਚੁੱਕੇ ਸਨ ਤੇ ਇਸ ਵਾਰ ਇਹਨਾਂ ਪੰਜਾਂ ਜਾਣਿਆਂ ਨੇ ਮਾਈਕ ਦਾ ਸਿੱਧਾ ਕਤਲ ਕਰਨ ਦਾ ਫੈਸਲਾ ਕਰ ਲਿਆ। ਇਹ ਪੰਜੇ ਜਾਣੇ ਮਾਈਕ ਨੂੰ ਸ਼ਰਾਬ ਪਿਲਾ ਕੇ ਇੱਕ ਕਮਰੇ ਦੇ ਵਿੱਚ ਲੈ ਗਏ ਜਿੱਥੇ ਇਹਨਾਂ ਨੇ ਮਾਈਕ ਦੇ ਮੁੱਕੇ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਤੇ ਮਾਈਕ ਨੂੰ ਬੇਹੋਸ਼ ਕਰਨ ਤੋਂ ਬਾਅਦ ਉਹਨਾਂ ਨੇ ਕਾਰਬਨ ਮੋਨੋਆਕਸਾਈਡ ਗੈਸ ਦਾ ਇੱਕ ਪੈਪ ਲੈ ਕੇ ਮਾਈਕ ਦੇ ਮੂੰਹ ਦੇ ਵਿੱਚ ਪਾ ਦਿੱਤਾ। ਹਾਲਾਂਕਿ ਮਾਈਕ ਹੋਰ ਇਨਸਾਨਾਂ ਦੇ ਨਾਲੋਂ ਕਾਫੀ ਮਜ਼ਬੂਤ ਸੀ, ਪਰ ਹੈ ਤਾਂ ਉਹ ਵੀ ਇੱਕ ਇਨਸਾਨ ਹੀ ਸੀ। ਇਹ ਲੋਕ ਲਗਾਤਾਰ 20 ਮਿੰਟ ਤੱਕ ਕਾਰਬਨ ਮੋਨੋਆਕਸਾਈਡ ਗੈਸ ਨੂੰ ਉਸਦੇ ਸਰੀਰ ਦੇ ਵਿੱਚ ਪਾਉਂਦੇ ਰਹੇ ਤੇ ਆਖਰਕਾਰ ਮਾਈਕ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹਨਾਂ ਪੰਜਾਂ ਨੇ ਇੱਕ ਡਾਕਟਰ ਨੂੰ ਰਿਸ਼ਵਤ ਦੇ ਕੇ ਮਾਈਕ ਦਾ ਝੂਠਾ ਡੈਥ ਸਰਟੀਫਿਕੇਟ ਬਣਾਇਆ। ਉਸ ਸਰਟੀਫਿਕੇਟ ਦੇ ਵਿੱਚ ਮਾਈਕ ਦੀ ਮੌਤ ਦੀ ਵਜ੍ਹਾ ਨਮੂਨੀਆ ਲਿਖੀ ਗਈ। ਆਖਰਕਾਰ ਲੰਬੇ ਸਮੇਂ ਬਾਅਦ ਇਹਨਾਂ ਦਾ ਇਹ ਪਲਾਨ ਕਾਮਯਾਬ ਹੋ ਗਿਆ ਤੇ ਇਹਨਾਂ ਨੂੰ ਬੀਮਾ ਕੰਪਨੀਆਂ ਤੋਂ $3500 ਮਿਲ ਗਏ, ਜਿਹੜੀ ਕਿ ਉਸ ਟਾਈਮ ਕਾਫੀ ਵੱਡੀ ਰਕਮ ਹੁੰਦੀ ਸੀ। ਹਾਲਾਂਕਿ ਇਹ ਪਲਾਨ ਨੂੰ ਸਫਲ ਬਣਾਉਣ ਦੇ ਵਿੱਚ ਇਹਨਾਂ ਦੇ ਆਪਣੇ ਵੀ $2000 ਖਰਚ ਹੋ ਗਏ ਸਨ, ਪਰ ਫਿਰ ਵੀ ਇਹਨਾਂ ਲੋਕਾਂ ਨੂੰ ਆਪਣੇ ਪਲਾਨ ਦੇ ਕਾਮਯਾਬ ਹੋਣ ਦੀ ਕਾਫੀ ਖੁਸ਼ੀ ਸੀ। ਪਰ ਇਹਨਾਂ ਦੀ ਇਹ ਖੁਸ਼ੀ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਟਿਕ ਸਕੀ। ਹੋਇਆ ਇਸ ਤਰ੍ਹਾਂ ਕਿ ਇਹਨਾਂ ਬੀਮਾ ਕੰਪਨੀਆਂ ਦਾ ਇੱਕ ਏਜੰਟ ਨਿਕੋਲਸ ਮਲੋਰੀ, ਜਾਨੀ ਕਿ ਮਾਈਕ ਮਲਾਏ ਦੇ ਬਾਰੇ ਪਤਾ ਕਰਦਾ ਹੋਇਆ ਸਪੀਜੀ ਬਾਰ ਦੇ ਵਿੱਚ ਪਹੁੰਚ ਗਿਆ। ਇੱਥੇ ਆ ਕੇ ਉਸ ਨੂੰ ਪਤਾ ਲੱਗ ਗਿਆ ਕਿ ਨਿਕੋਲਸ ਮਲੋਰੀ ਦਾ ਅਸਲੀ ਨਾਮ ਮਾਈਕ ਮਲਾਏ ਹੈ ਤੇ ਉਸ ਟਾਈਮ ਉਸਨੇ ਜਦੇ ਹੀ ਇਹ ਖਬਰ ਪੁਲਿਸ ਨੂੰ ਦੇ ਦਿੱਤੀ ਤੇ ਪੁਲਿਸ ਨੇ ਮਾਈਕ ਦੀ ਬੋਡੀ ਨੂੰ ਫਿਰ ਤੋਂ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਉਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਤਾ ਲੱਗ ਗਿਆ ਕਿ ਮਾਈਕ ਦੀ ਮੌਤ ਨਮੂਨੀਆ ਦੇ ਨਾਲ ਨਹੀਂ ਬਲਕਿ ਉਸ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਦੀ ਪੁਲਿਸ ਜਾਂਚ ਹੋਈ ਤੇ ਇਹਨਾਂ ਪੰਜਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ, ਜਿੱਥੇ ਇਹਨਾਂ ਨੇ ਆਸਾਨੀ ਦੇ ਨਾਲ ਹੀ ਆਪਣਾ ਜ਼ੁਲਮ ਕਬੂਲ ਕਰ ਲਿਆ ਤੇ ਉਸ ਤੋਂ ਬਾਅਦ ਇਹ ਪੰਜਾਂ ਨੂੰ ਤੇ ਡਾਕਟਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਹ ਸਨ ਜੀ ਮਾਈਕ ਮਲਾਏ ਦੀ ਜ਼ਿੰਦਗੀ ਬਾਰੇ ਰੌਚਕ ਤੱਥ ਕਿ ਉਸਨੇ ਮੌਤ ਨੂੰ ਕਿਵੇਂ ਹਰਾਇਆ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੀਓ ਟੀਵੀ ਨੂੰ ਜ਼ਰੂਰ ਫੋਲੋ ਕਰਨਾ।